ਸਤਿ ਸ਼੍ਰੀ ਅਕਾਲ ਜੀ, ਅੱਜ ਤੁਹਾਨੂੰ ਆਪਾਂ ਸਿਖਾਵਾਂਗੇ ਕਲੀਆਂ ਵਾਲੇ ਸ਼ਰਾਰੇ ਦੀ ਕਟਿੰਗ, ਕਿਸ ਤਰ੍ਹਾਂ ਕਟਿੰਗ ਕਰਾਂਗੇ ਉਹਨੂੰ ਆਪਾਂ, ਕਿਸ ਤਰ੍ਹਾਂ ਕਲੀਆਂ ਦਾ ਸਾਈਜ਼ ਲੈਣਾ। ਆਪਾਂ ਨੇ 2.25 ਮੀਟਰ ਆਪਣੇ ਕੋਲ ਫੈਬਰਿਕ ਹੋਊਗਾ, 2.25 ਮੀਟਰ ਕੱਪੜੇ ਦੇ ਵਿੱਚ ਆਪਾਂ ਨੇ ਕਲੀਆਂ ਵਾਲਾ ਸ਼ਰਾਰਾ ਰੈਡੀ ਕਰਨਾ। ਪਹਿਲਾਂ ਤੁਹਾਨੂੰ ਕਟਿੰਗ ਦੱਸਾਂਗੇ, ਫਿਰ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹਦੀ ਸਟਿਚਿੰਗ ਬਾਰੇ ਦੱਸਾਂਗੇ ਵੀ ਇਹਨੂੰ ਤੁਸੀਂ ਕਿਸ ਤਰ੍ਹਾਂ ਸਟਿਚ ਕਰ ਸਕਦੇ ਹੋ। ਹੁਣ ਆਪਾਂ ਇਹਦੇ ਕੋਲ ਲੈਂਥ ਆਪਣੇ ਕੋਲ ਹੈਗੀ ਹੈ ਸ਼ਰਾਰੇ ਦੀ 37 ਇੰਚ, ਕੱਪੜਾ ਹੈਗਾ ਆਪਣੇ ਕੋਲ 2.25। ਤੁਸੀਂ ਕਹੋਗੇ ਵੀ 2.25 ਕੱਪੜੇ ਦੇ ਵਿੱਚ ਕਲੀਆਂ ਵਾਲਾ ਸ਼ਰਾਰਾ ਕਿਸ ਤਰ੍ਹਾਂ ਬਣੂਗਾ। ਕਲੀਆਂ ਵਾਲਾ ਸ਼ਰਾਰਾ ਆਪਾਂ ਤੁਹਾਨੂੰ ਦੱਸਾਂਗੇ। ਦੇਖੋ, ਜੇ ਤਾਂ ਆਪਾਂ ਨੇ ਸਕਲਟ ਵਾਂਗੂ ਕਲੀਆਂ ਪਾਉਣੀਆਂ ਨੇ, ਬਰੀਕ ਬਰੀਕ ਕਲੀਆਂ ਪਾਉਣੀਆਂ ਨੇਗੀਆਂ, ਫਿਰ ਤਾਂ ਆਪਾਂ ਨੂੰ ਲੈਂਥ ਦੇ ਹਿਸਾਬ ਨਾਲ 3 ਲੈਂਥਾਂ ਚਾਹੀਦੀਆਂ ਨੇ। ਮੰਨ ਲਓ ਕਲੀਆਂ ਨੂੰ ਲੈਣ ਵਾਸਤੇ ਲੈਂਥ ਚਾਹੀਦੀ ਆਪਾਂ ਨੂੰ ਪੂਰੀ। ਹੁਣ ਆਪਣੇ ਕੋਲ ਇਹ 2.25 ਮੀਟਰ ਕੱਪੜਾ ਗਾ, 2.25 ਮੀਟਰ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਲੀ ਕਿਸ ਤਰ੍ਹਾਂ ਕੱਟਣੀ ਆ। ਬਹੁਤ ਸੋਹਣੀ ਲੇਅਰ ਆਉਂਦੀ ਆ ਜਦੋਂ ਕਲੀਆਂ ਨੂੰ ਆਪਾਂ ਨੇ ਜੜਨਾ, ਉਹ ਬਿਲਕੁਲ ਉਹਦੀਆਂ ਕਲੀਆਂ ਸਿੱਧੀਆਂ ਹੋਣਗੀਆਂ। ਜਿਹੜੀ ਸਾਈਡ ਤੋਂ ਆਪਾਂ ਉਹਨੂੰ ਸਟਿਚ ਕਰਾਂਗੇ, ਜਿਹੜੀਆਂ ਰੇਬ ਵਾਲਾ ਸਾਈਡ ਹੋਊਗੀ ਕਲੀਆਂ ਦੀ ਰੇਬ, ਉਹਨੂੰ ਆਪਾਂ ਬਾਹਰ ਕੱਢਾਂਗੇ, ਬਿਲਕੁਲ ਹੀ ਸਕਲਟ ਵਾਲੀ ਲੁੱਕ ਆਊਗੀ ਉਹਦੀ। ਅਤੇ ਕਲੀਆਂ ਵਾਲੇ ਸ਼ਰਾਰ ਦੀ ਕਟਿੰਗ ਆ ਜੋ ਆਪਾਂ ਕਰੀਏ। ਇਹ ਆਪਣੇ ਕੋਲ 2.25 ਮੀਟਰ ਕੱਪੜਾ ਗਾ। ਦੇਖੋ, ਆਪਾਂ ਇਹਨੂੰ ਫੋਲਡਿੰਗ ਕਰ ਲਿਆ ਡਬਲ ਇਸ ਤਰ੍ਹਾਂ। ਆ ਦੇਖੋ, ਆਪਾਂ ਨੇ ਵਾਈਜ਼ ਇਸ ਤਰ੍ਹਾਂ ਆਪਾਂ ਨੇ ਇਹਨੂੰ ਡਬਲ ਫੋਲਡਿੰਗ ਕਰ ਲਿਆ। ਇਹਨੂੰ ਬਿਲਕੁਲ ਆਪਾਂ ਬਰਾਬਰ ਕਰਾਂਗੇ, ਇਸ ਤਰ੍ਹਾਂ ਇਹਨੂੰ ਬਰਾਬਰ ਕਰਕੇ ਆਪਣੇ ਕੋਲ ਦੇਖੋ ਲੈਂਥ ਆ ਜਿੰਨੀ। ਆਪਾਂ ਪਹਿਲਾਂ ਨੀਚੇ ਤੋਂ ਆਪਾਂ ਇਹਦੀ ਸਫਾਈ ਕਰਾਂਗੇ ਬਿਲਕੁਲ। ਜੋ ਵੀ ਆਪਣੇ ਕੋਲ ਵੱਧ ਘੱਟ ਕੱਪੜਾ ਦੇਖੋ ਐਕਸਟਰਾ ਦਿੱਤਾ ਹੋਇਆ, ਤਾਂ ਇਹਨੂੰ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਕੱਪੜੇ ਦੇ ਨਾਲ ਇਸ ਤਰ੍ਹਾਂ। ਹੁਣ ਆਪਣੇ ਕੋਲ ਦੇਖੋ 37 ਇੰਚ ਲੰਬਾਈ ਦਾ ਸ਼ਰਾਰਾ ਆਪਾਂ ਨੇ ਬਿਲਕੁਲ ਰੈਡੀ ਰੱਖਣਾ। ਫਿਲਹਾਲ ਆਪਾਂ ਇਹਦੇ ਵਿੱਚ ਪਾਵਾਂਗੇ ਲੇਸਾਂ ਪਾਉਣੀਆਂ, ਇਹਦੇ ਵਿੱਚ ਜਿਵੇਂ ਪਾਈਪਿੰਗ ਵਗੈਰਾ ਪਾਉਣੀ ਆ, ਉਹ ਆਪਾਂ ਨੇ ਕਟਿੰਗ ਕਰਕੇ ਨਹੀਂ ਪਾਉਣੀਆਂ ਹੈਗੀਆਂ, ਇੱਦਾਂ ਹੀ ਚੜ੍ਹਾ ਕਰਕੇ ਪਾਉਣੀਆਂ ਨੇ। ਉਸ ਨੂੰ ਅਸੀਂ ਦੱਸ ਦਿੰਦੇ ਹਾਂ ਵੀ ਕਿਸ ਤਰ੍ਹਾਂ ਪਾਵਾਂਗੇ, ਉਹਦੇ ਹਿਸਾਬ ਨਾਲ ਆਪਾਂ ਨੂੰ ਕਿੰਨਾ ਮਾਰਜਨ ਵੱਧ ਲੈਣਾ ਪਊਗਾ। ਦੇਖੋ, ਪਾਈਪਿੰਗ ਰੇਬ ਦੇ ਵਿੱਚ ਪਾਈਪਿੰਗ ਦਿੱਤੀ ਹੋਈ ਆ। ਆਪਾਂ ਸ਼ਰਾਰੇ ਨੂੰ ਜਦੋਂ ਪੂਰਾ ਸਟਿਚ ਕਰ ਲਿਆ, ਫਿਰ ਆਪਾਂ ਇਹਦੇ ਮੂਰੀ ਦੇ ਵਿੱਚ ਦੇਖੋ ਪਾਉਣੀਆਂ ਨੇ। ਇੱਕ ਤਾਂ ਆਪਾਂ ਇਹਦੇ ਨੀਚੇ ਜਿਹੜੀ ਬਾਉਂਡਰੀ ਹੋਊਗੀ ਨੀਚੇ, ਇਹਦੇ ਇਸ ਤਰ੍ਹਾਂ ਪਾਈਪਿੰਗ ਦੇਵਾਂਗੇ, ਫਿਰ ਇਹਦੇ ਵਿੱਚ ਆਪਾਂ ਇਸ ਤਰ੍ਹਾਂ 2 ਜਾਂ 3 ਲੇਅਰਾਂ ਬਣਾਵਾਂਗੇ, 2 ਬਣਾਵਾਂਗੇ ਆਪਾਂ। ਇੱਕ ਤਾਂ ਦੇਖੋ ਨੀਚੇ ਹੋਜੂਗੀ, ਇੱਕ ਇੱਥੇ ਹੋਜੂਗੀ, ਇਸ ਤਰ੍ਹਾਂ ਪੱਟੀ ਵਾਂਗੂ ਪੱਟੀ ਬਣਜੂ। ਕੋਈ ਐਕਸਟਰਾ ਪੱਟੀ ਲਗਾਉਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ। ਆਪਾਂ ਜਿੰਨੀ ਇੱਥੋਂ ਫੋਲਡਿੰਗ ਕਰਨੀ ਆ, ਦੇਖੋ ਉਹ ਇਸ ਤਰ੍ਹਾਂ ਤੁਸੀਂ ਫੋਲਡਿੰਗ ਵੀ ਕਰ ਲਓਗੇ ਜਿਸ ਤਰ੍ਹਾਂ ਆਪਾਂ ਗੁੰਮ ਕਰਦੇ ਹਾਂ, ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ। ਇਸ ਤਰ੍ਹਾਂ ਆਪਾਂ ਗੁੰਮ ਕਰਕੇ ਇਹਨੂੰ ਇੱਦਾਂ ਕਰਕੇ ਇਹਦੀ ਸਿਲਾਈ ਲਗਾ ਦਾਂਗੇ ਦੇਖੋ ਨੀਚੇ, ਫਿਰ ਆਪਾਂ ਇਹਨੂੰ ਇਸੇ ਤਰ੍ਹਾਂ ਇਹਦੇ ਵਿੱਚ ਇਸ ਤਰ੍ਹਾਂ ਫੋਲਡਿੰਗ ਕਰ ਦਾਂਗੇ। ਦੇਖੋ, ਇੱਕ ਤਾਂ ਨੀਚੇ ਆ ਜੂਗੀ ਪਾਈਪਿੰਗ, ਇਹਦੇ ਆਹ ਸਾਈਡ ਦੇ ਪਾਈਪਿੰਗ ਨਿਕਲ ਜੂਗੀ, ਇੱਕ ਆਪਣੀ ਉੱਪਰ ਆ ਜੂਗੀ, ਬਹੁਤ ਹੀ ਸੋਹਣੀ ਲੇਅਰ ਬਣੂਗੀ। ਉਹ ਆਪਾਂ ਨੂੰ ਸਿਰਫ ਇੱਥੇ 1/2 ਇੰਚ ਦਾ ਮਾਰਜਨ ਚਾਹੀਦਾ ਫੋਲਡਿੰਗ ਵਾਸਤੇ, ਤਾਂ ਆਪਾਂ ਨੇ ਜਿੰਨਾ ਲੈਣਾ ਉਹ ਤੁਹਾਨੂੰ ਅਸੀਂ ਕਟਿੰਗ ਬਾਰੇ ਦੱਸਾਂਗੇ ਵੀ ਕਿੰਨਾ ਆਪਾਂ ਨੇ ਵੱਧ ਲੈਣਾ ਗਾ। ਹੁਣ ਆਪਣੇ ਕੋਲ ਦੇਖੋ 37 ਇੰਚ ਲੰਬਾਈ ਬਿਲਕੁਲ ਰੈਡੀ ਰੱਖਣੀ ਆ, ਤਾਂ ਆਪਾਂ ਇਹਨੂੰ ਹੁਣ ਕਟਿੰਗ ਕਰਦੇ ਹਾਂ। ਆਪਾਂ ਲਾਸਟਿਕ ਇਹਦੇ ਵਿੱਚ ਉਹੀ ਪਾਵਾਂਗੇ, 2.25 ਇੰਚ ਲਾਸਟਿਕ ਪਾਉਣਾ। ਜੇ ਆਪਾਂ ਦੇਖੋ ਇੱਥੋਂ 2.25 ਇੰਚ ਦੇ ਵੀ ਨਿਸ਼ਾਨ ਲਗਾਉਂਦੇ ਹਾਂ, ਤਾਂ ਆਪਣਾ ਫੋਲਡਿੰਗ ਦਾ ਦੇਖੋ ਇੰਨਾ ਬਣਦਾ। ਆਪਾਂ ਉੱਪਰ ਵੀ ਪਾਉਣਾ, 1/2 ਇੰਚ ਵਿੱਚ ਮਾਰਜਨ ਵੀ ਆਊਗਾ, ਤਾਂ ਆਪਾਂ ਇਹਨੂੰ ਕਿਸ ਤਰ੍ਹਾਂ ਰੱਖਾਂਗੇ। ਆਪਾਂ ਇਹਨੂੰ ਪੂਰਾ 38 ਇੰਚ ਕਟਿੰਗ ਦਾ ਕਰਾਂਗੇ, 37 ਇੰਚ ਦਾ ਦੇਖੋ ਆਪਣਾ ਤਿਆਰ ਰੱਖਣਾ। ਤਾਂ ਇਹਨੂੰ ਆਪਾਂ 1 ਇੰਚ ਵੱਧ ਕੱਟਾਂਗੇ, ਉਹ ਕਿਉਂ ਕੱਟਾਂਗੇ, 1/2 ਇੰਚ ਦਾ ਦੇਖੋ ਆਪਣੇ ਨੀਚੇ ਜਦੋਂ ਆਹ ਰੇ ਪਾਈਪਿੰਗ ਲਗਾਵਾਂਗੇ, ਇਹਦੇ ਵਿੱਚ ਇਸ ਤਰ੍ਹਾਂ ਹੀ ਗੁੰਮ ਕਰਾਂਗੇ, ਤੁਹਾਨੂੰ ਅਸੀਂ ਦੱਸ ਦਾਂਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਕਰ ਰਹੇ ਹਾਂ। ਉਹ ਇਸ ਤਰ੍ਹਾਂ ਹੀ ਗੁੰਮ ਕਰਕੇ ਵਿੱਚ ਲਗਾਵਾਂਗੇ, ਆਪਾਂ ਨੇ ਕਟਿੰਗ ਵਗੈਰਾ ਕੁਛ ਨਹੀਂ ਕਰਨਾ ਹੈਗਾ। ਆਪਾਂ ਜਿਹੜੀ ਨੀਚੇ ਫੋਲਡਿੰਗ ਕਰਾਂਗੇ ਜਿਸ ਤਰ੍ਹਾਂ ਆਪਾਂ ਸ਼ਰਟਾਂ ਦੇ ਪਾਈਪਿੰਗ ਲਗਾਉਣੇ ਆ, ਉਸੇ ਤਰੀਕੇ ਦੇ ਨਾਲ ਆਪਾਂ ਨੀਚੇ ਲਗਾਵਾਂਗੇ। ਇਸ ਤਰ੍ਹਾਂ ਨੀਚੇ ਤੁਸੀਂ ਇਹਦੀ ਤਰਪਾਈ ਵੀ ਕਰ ਸਕਦੇ ਹੋ, ਸਿਲਾਈ ਲਗਾਉਣੀ ਹੈ ਸਿਲਾਈ ਵੀ ਲਗਾ ਸਕਦੇ ਹੋ, ਤੁਹਾਡੀ ਆਪਣੀ ਮਰਜ਼ੀ ਆ। ਹੁਣ ਦੇਖੋ ਆਪਣੇ ਕੋਲ 37 ਇੰਚ ਲੰਬਾਈ ਆ, ਤਾਂ ਆਪਾਂ ਇਹਨੂੰ 38 ਇੰਚ ਤੋਂ ਕਟਿੰਗ ਕਰ ਦਾਂਗੇ। ਆਪਾਂ ਨੇ 38 ਇੰਚ ਦੇ ਨਿਸ਼ਾਨ ਲਗਾ ਲਿਆ, ਇਸੇ ਤਰ੍ਹਾਂ ਆਪਾਂ ਇੱਧਰ ਨਿਸ਼ਾਨ ਲਗਾਵਾਂਗੇ 38 ਇੰਚ ਤੇ। ਬਹੁਤ ਹੀ ਸੋਹਣੀ ਲੇਅਰ ਬਣਦੀ ਹੈ ਇਹਦੀ, ਬਿਲਕੁਲ ਕਲੀਆਂ ਵਾਲਾ ਜਿਸ ਤਰ੍ਹਾਂ ਸਕਲਟ ਪਹਿਨੀ ਹੋਊਗੀ ਇਸ ਤਰ੍ਹਾਂ ਹੀ ਲੱਗੂਗਾ ਤੁਹਾਨੂੰ, ਜਿਵੇਂ ਸਕਲਟ ਪਹਿਨੀ ਹੋਈ ਹੈ ਇਹਦੇ। ਹੁਣ ਆਪਾਂ ਇੱਥੋਂ ਕਟਿੰਗ ਕਰਾਂਗੇ, ਦੇਖੋ ਬਿਲਕੁਲ ਇਸੇ ਤਰੀਕੇ ਨਾਲ ਕਟਿੰਗ ਕਰਨੀ ਆ। ਹੁਣ ਦੇਖੋ ਆਪਾਂ ਨੇ ਹਿੱਪ ਦਾ ਆਪਾਂ ਨੇ ਕਿਸ ਤਰ੍ਹਾਂ, ਕੋਈ ਇਹਦੇ ਵਿੱਚ ਜ਼ਿਆਦਾ ਨਹੀਂ ਆਪਾਂ ਨੂੰ ਚਾਹੀਦਾ ਹੁੰਦਾ ਵੀ ਇੰਨੀ ਹਿੱਪ ਰੱਖਣੀ ਹੈ ਜਾਂ ਇੰਨੀ ਰੱਖਣੀ ਆ, ਤੁਸੀਂ ਸਾਈਜ਼ ਦੇਖਣਾ ਵੀ ਕੀ ਨਾਪ ਦਾ ਸਾਈਜ਼ ਆ ਤੁਹਾਡੇ ਕੋਲ। ਆਪਣੇ ਕੋਲ ਇਹਨਾਂ ਦਾ ਨਾਪ ਹੈਗਾ, ਦੇਖੋ ਜਿਵੇਂ ਮੰਨ ਲਓ 40 ਇੰਚ ਹਿੱਪ ਦਾ ਨਾਪ ਆ, ਆਪਣੇ ਕੋਲ 38 ਇੰਚ ਹਿੱਪ ਦਾ ਨਾਪ ਆ, 42 ਇੰਚ ਹਿੱਪ ਦਾ ਨਾਪ ਆ, ਤਾਂ ਆਪਾਂ ਨੇ ਅੰਦਾਜ਼ਾ ਰੱਖਣਾ, ਕੋਈ ਜ਼ਿਆਦਾ ਆਪਾਂ ਨੂੰ ਹਿਸਾਬ ਕਿਤਾਬ ਲਗਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਕਲੀਆਂ ਵਾਲਾ ਸ਼ਰਾਰਾ ਇਹ। ਤਾਂ ਹੁਣ ਇਹਦੇ ਆਪਾਂ ਦੇਖੋ ਕਿਸ ਤਰ੍ਹਾਂ ਕਰਾਂਗੇ। ਹੁਣ ਆਪਣੇ ਕੋਲ ਮੰਨ ਲੈਣਾ ਜੀ 40 ਇੰਚ ਹਿੱਪ ਆ, ਆਪਾਂ 2 ਇੰਚ ਕਟਿੰਗ ਵੇਲੇ ਜਦੋਂ ਆਪਾਂ ਕਟਿੰਗ ਕਰਦੇ ਹਾਂ ਉਹਦੇ ਵਿੱਚ 2 ਇੰਚ ਐਡ ਕਰਦੇ ਹਾਂ, ਤਾਂ 21 ਇੰਚ ਬਣ ਜੂਗਾ। 21 ਇੰਚ ਹਿੱਪ ਹੋ ਗਈ ਦੇਖੋ ਆਪਣੀ ਸ਼ਰਟ ਦੀ,
तो आप इनू किस तरह लेना, मान लो मीडियम साइज का हो गया। हूँ जो जिस तरह ये हैवी है ना, तो हिप शर्ट के 24 इंच आँदी है, देखो शर्ट की हिप 24 इंच आ गई, तो आप वो किस हिसाब न लवेंगे। देखो मार्जिन चार कलियां बन जाएंगी, इहदियां दो साइड दियां सारिया टोटल शरारे दे विच 8 कलियां बननगियां। ये वो तुसी किस तरह लेना, जिमें पतले साइज दे विच लोंगे तो तुसी मान लो जिमें 40 इंच के हिसाब न ले रहे हो, तो तुसी उपरों मार्जिन का किन्ना लोंगे, बिची मार्जिन कलिया का लैके आप 7 इंच के निशान लगावेंगे। देखो इत्थे पर ये हैल्दी ने गे, इन्हां दे आपां 24 इंच शर्ट की हिप रखते हैं, जो प्लाजो की उन्हां दी हैगी 44 इंच हिप, जो प्लाजो का आप नाप लैना उन्होंने हिप का नाप है 44 इंच, तो आप उस हिसाब न लैना इन्हों 8 इंच का निशान लगावे। देखो इतने बिच अद्धा अद्धा इंच का, देखो कलियां दे विच जाऊगी जाऊगा, जो आप स्टिचिंग करा उ अपना 7 इंच 7.75 रेडी रहूगी उपरों कली। इसे तरह देखो एक साइड तो अपने इधर लगा लिया, हूँ अपना आह वाला देखो कि रह गया, यह हो गया अपना 25 यानी कि 12.5। तो अपने एक साइड का कलिया के नाल लेयर शरारे की 25 इंच बनूगी। पहने हुआ है बिल्कुल ही स्कल्ट वाला लगेगा, क्योंकि ये रेव साइडा हो जो बारली साइड से आनगियां, जिड़िया कलिया सीधिया जोड़ा आप भी जोड़ दसूंगी भी किस तरह जोड़नियाँ ने तुम कलिया, वो अपनी सेंटर वाली जाऊगी। जी अपने आसन क्ढना होंगे वह भी रेव सिलाइया के ही क्ढ़िया जाऊगा आसन। हूँ देखो अपने एक साइड आ चार पल्ले आ गए, देखो इस तरह तो अपने किन्ने इंच का निशान लगया, 8 इंच का निशान लगया। इस तरह आप दूसरे कोने पर लगाना इधरली साइड पर, इधर भी आप 8 इंच का निशान लगावे। देखो हूँ इन इस तरह रेव निशान लगा लेंगे इस तरह, हूँ अपने रेव निशान लगा ले। देखो हूँ आप करा कटिंग कर देंगे, देखो इतो इस तरह ही करनी है। हाँ देखो अपने को चार कलियां तो यह हो गई, चार अपने को हो गई, इन आप इतों सेंटर के कटिंग कर देंगे, ये हो गई 8 कलियां अपने को। बहुत ही आसान तरीका है ये, जे तुसी छोटियां कलियां वाला बनाना जिस तरह फ्रॉकों के बनाने तो आप जिस तरह जिन्नी थोड़ी लेंथ होगी उन्नियां लेंथा लेनिया पैनगे, जिन्ना तुसी घेरा बनाना उस हिसाब न बनावे। तो थोनों अगली वीडियो के आप भी दसागे, ये फिलहाल 8 कलियां वाला शरारा। देखो आ अपने आ गए रेव पल्ले, आ गई अपनी रेव साइड आ गई, देखो जो बारली लेयर वास्ते रखी हुई अपने आ हो गई अपनी कन्नी वाली साइड, बिल्कुल सीधा जाऊगा देखो ये वाली। तो आप इन स्टिच किस तरह करना, स्टिच करना भी दसांगे नीचे, तो देखो सोनू दस ही दिता अपने भी लैस लगानी आ, इतने अपने लेस इस तरह ही गुम करना, ये उपर देखो की लगेगा अपने इस तरह ही नहीं फोल्डिंग करनी, क्योंकि अपने 1 इंच ही वध कटिया, तो आप ये जो अपने को वेस्ट कपड़ा होगा फालतू तो आप ये उपर बदमा लगावे लास्टिक वास्ते, नाल तां सफाई आउंदी है बहुत ज़्यादा, नाले बिल्कुल भी बल नहीं पऊगा। तुसीं एक्सट्रा कपड़ा लगाओगे जिन्नी लास्टिक चौड़ाई पानी है उस हिसाब के ना रखना है, बल तो उन्होंने डबल कट लोंगे, डबल पहला सिंगल जड़ लोंगे फिर इसे तरीके ना डबल, तुसीं जो इनू स्टिच करोगे लास्टिक पाओगे वो अपने सीधे वाले पासे ही आवे बार वाली साइड से, क्योंकि तुहानूं नाल तां जो सिलाई लगाओगे उदो पता लगेगा बिल्कुल ही सफाई के सिलाई आऊगी, बिल्कुल रेडीमेड लगू, इस तरह नहीं लगेगा भी तुसीं आप स्टिच किया गा। तो हूँ अपने सू कलियां जोड़न बारे दस दी हाँ भी अपने कलिया किस तरह जोड़ना, तुसी सब चल आ देखो अपने को सीधे आ साइड अपनी सीधी है बिल्कुल, ये आ वाली होगी अपनी रेव साइड। तो आप सब तो पहला की करना सीधिया सिलाइया जड़ांगे, दो दो पल्ले चाके अपने सीधिया लाइनिया ने, देखो आ भी इस तरह सीधी इधर सीन मारनी है, आ अपने कन्नी आले हो गए तो देखो अपने ऐटोमैटिक ही पता चल जूगा भी बिल्कुल सिलाई सीधी आ, इस तरह सीधिया लगा लिया। फिर इन्हों आप की तरहे इस तरह करांगे आ चीज न इस तरह कर लांगे, देखो ये उपर आप दूसरी कली जोड़ी हुई ये उपर रखा जी अपनी आ रेब वाली से सैड सिलाई होगी, यदा तुम आसन क्ढना, आसन तुम किस तरीके क्ढना देखो, जिमें आप आम प्लाजो के 13 इंच का आसन कटते होंगे, 13 इंच भी कढ़ लें जिन्हों का बन उच्चा होंगे, आप 13.5 भी 14 भी लै लें होंगे उस हिसाब के ना। हूँ ये मीडियम के हिसाब न रखना अपने, जिमें आप 2.5 इंच का देखो उपर लास्टिक का हो गया 1.25 इंच, तो आप जो तुम उत्ते मार्जिन के हिसाब न भी चलोंगे तो 13 इंच देखो इतने चलिया गया, तो तुम इस तरीके भी कट सकते हो, नहीं तुम चुप चाप कुछ भी वह करने की लड़ नहीं, अपन मिलने की लड़ नहीं, 11.5 इंच की निशान लगा के इतने गलाई दोगे,
गलाई देनी तुसी किस तरीके नाल आ, देखो इस तरह गलाई दोगे जी। जो अपने चारे पल्ले आपस दे विच जोड़ ले, देखो अपनी आ रेब वाली साइड आ गई, तो आप ये निशान लगावांगे इस तरह जड़के लगाने। तुसी इन्हां तक कन्फ्यूज नहीं होंगे भी, कई बार तुहानू इस तरह लगेगा भी कि वह पला ना हो, पहला तुसी जड़ने ने पल्ले, चारे पल्ले जड़ने आ, फिर इन्हों रेब नाल रेब जोड़ लियो आपस में सीधे सिलाइया, चाहे तुसी बाद च लगा सकते हो कोई चक्कर नहीं, पहला लगाउणी आ तुसी पहला भी लगा सकते हो, कोई मतलब वह नहीं है। हुण आपां ने आसन कढ़ना, मान लो 11.5 इंच ते कढ़ांगे, देखो 11.5 ते इत्थे आपां निशान लगा लांगे इस तरह। जो तुसी आसन कढ़ना तां उपरों इहदा कट लैणा आपां ने, आ गलाई वध देवांगे, इहदे नाल की होगी अपनी झोली दे नाल तां लेंथ वधूगी, नाले बिल्कुल रेब हो जूगी झोली। उपर आपने देखो इन्ना इलास्टिक पै जूगा, 1.25 इंच इलास्टिक होगा, कि झोली होगी उही अपनी 13 इंच झोली होगी। देखो जे तुसी बन उच्चा बनते हो तो तुसी इहनू 12 इंच के हिसाब न लै सकते हो, 1 इंच बहुत है, इदू वध झोली सही नहीं रहती क्योंकि फिर नीचे झोली भी दिक्कत लाउंदी आ। ਤਾਂ ਤੁਸੀਂ ਆਪਾਂ ਨੇ ਜੇ 11.5 ਇੰਚ 'ਤੇ ਹੀ ਨਿਸ਼ਾਨ ਲਗਾ ਕੇ ਝੋਲੀ ਦਾ ਨਿਸ਼ਾਨ ਕੱਢਣਾ, ਨੀਚੇ ਤੋਂ ਗਲਾਈ ਵੱਧ ਦੇਣੀ ਆ, ਉੱਪਰੋਂ ਘੱਟ ਦੇਣੀ ਆ। ਉੱਪਰੋਂ ਤੁਸੀਂ ਸਾਰੀ ਸਿਰਫ 1.25 ਇੰਚ ਦੀ ਗਲਾਈ ਦੇ ਲਿਓ, ਨੀਚੇ ਤੋਂ ਤੁਸੀਂ ਦੇਣੀ ਆ 2.5 ਇੰਚ ਦੀ ਗਲਾਈ। ਇਹ ਆਪਣੀ ਹੋ ਗਈ ਕਲੀਆਂ ਵਾਲੇ ਸ਼ਰਾਰੇ ਦੀ ਕਟਿੰਗ। ਜਦੋਂ ਸਟਿੱਚ ਹੋ ਗਿਆ ਤੁਹਾਨੂੰ ਇਹਦੀ ਪਿੱਕ ਜ਼ਰੂਰ ਪਾਵਾਂਗੇ ਵੀ ਬਣ ਕੇ।